ਜੀ, ਆਪਾਂ ਹਰਿਆਣੇ ਦੀਆਂ ਗੱਲਾਂ ਕਰੀਏ, ਆਪਾਂ ਪੰਜਾਬ ਦੀਆਂ ਗੱਲਾਂ ਵੀ ਕਰ ਲਈਏ। ਜ਼ਿਮਨੀ ਚੋਣਾਂ ਦਾ ਕੀ ਹਾਲਾਤ ਹੈ ਜੀ? ਕਿਤੇ ਕਹਿ ਰਹੇ ਨੇ ਕਿ 5 ਹੋਣੀ ਹੈ, ਨਹੀਂ ਕਿਤੇ ਸਰ, ਕਹਿੰਦੇ ਇਹ 4 ਇਹਦੇ ਵਿੱਚ ਹੀ ਹੋਣੀ ਹੈ ਐਲਾਨ ਹੋਣਾ ਹੈ ਜੀ। ਹੁਣ ਆਪਾਂ ਨੂੰ ਥੋੜ੍ਹਾ ਜਿਹਾ ਵੇਟ ਕਰਨਾ ਅੱਛਾ, ਚਾਹੀਦਾ, ਇਹ ਚੋਰੀ ਇਹਦੇ ਵਿੱਚ ਕਰੀਏ ਹੀ। ਆਪਾਂ ਹਾਂ ਜੀ, ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਇਹਦੇ ਵਿੱਚ ਹੀ ਨਾਲ ਉਹ ਜ਼ਿਮਨੀ ਚੋਣਾਂ ਬਾਰੇ ਕਹਿ ਦੇਣਗੇ। ਮਤ ਭੁੱਲਿਓ ਕਿ ਯੂਪੀ ਦੇ ਵਿੱਚ ਵੀ 10 ਜ਼ਿਮਨੀ ਚੋਣਾਂ ਹੋਣੀਆਂ ਜੀ, ਨੇ। ਯਾਨੀ ਲੋਕ ਸਭਾ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਨਾ ਕਿ ਬਹੁਤ ਸਾਰੇ ਜਿਹੜੇ ਹੁੰਦੇ ਆ ਵਿਧਾਨਕਾਰ, ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਆ, ਜਾਂ ਕਿਸੇ ਦਾ ਇੰਤਕਾਲ ਹੋ ਜਾਂਦਾ, ਤਾਂ ਫਿਰ ਚੋਣ ਕਮਿਸ਼ਨ ਜਦੋਂ ਕਿਸੇ ਰਾਜ ਦੀ ਇਸ ਤਰ੍ਹਾਂ ਇਲੈਕਸ਼ਨ ਜਿਹੜੀ ਹੈ ਉਹ ਐਲਾਨਦਾ, ਅਤੇ ਨਾਲ ਹੀ ਫਿਰ ਜਿਹੜੀਆਂ ਜ਼ਿਮਨੀ ਚੋਣਾਂ ਪੈਂਡਿੰਗ ਹੁੰਦੀਆਂ ਨੇ ਉਹਨਾਂ ਦਾ ਵੀ ਨਿਬੇੜਾ ਹੋ ਜਾਂਦਾ ਕਿ ਨਾਲ ਹੀ ਕਰਵਾ ਦਿਓ ਜੀ। ਤੋ ਇਹ ਤਾਂ ਸਾਫ ਹੈ, ਇਹ ਤਾਂ ਕਹਿ ਲਓ ਕਿ ਲੋਹੇ 'ਤੇ ਲੀਕ ਆ ਕਿ ਐਲਾਨ ਹੋਏਗਾ ਜ਼ਿਮਨੀ ਚੋਣਾਂ ਦਾ। ਅਤੇ ਉਹਦੇ 'ਚ ਪੰਜਾਬ, ਕਿਉਂਕਿ 6 ਮਹੀਨਿਆਂ ਦੇ ਅੰਦਰ ਅੰਦਰ ਚੋਣਾਂ ਕਰਵਾਉਣੀਆਂ ਹੁੰਦੀਆਂ, ਜੀ 20 ਜੂਨ ਤੱਕ ਅਸਤੀਫੇ ਦੀ ਤਰੀਕ ਸੀ, ਯਾਨੀ 20 ਤੋਂ ਮੰਨ ਲਓ 6 ਮਹੀਨੇ ਜਿਹੜੇ ਆ ਉਹ ਕਦੋਂ ਤੱਕ ਪੂਰੇ ਹੋਣੇ ਆ, ਯਾਨੀ 6 ਚਾਹੇ ਤਾਂ ਦਸੰਬਰ ਤੱਕ ਕੋਈ 6 ਮਹੀਨੇ ਪੂਰੇ ਹੋਣੇ ਆ, ਜੀ ਤਾਂ ਹੁਣ ਅਕਤੂਬਰ ਤੱਕ ਤਾਂ ਇਹ ਆ ਗਏ ਇਲੈਕਸ਼ਨ, ਗਾਂ ਫਿਰ ਨਵੰਬਰ ਦਸੰਬਰ 'ਚ ਕਿਹੜਾ ਇਲੈਕਸ਼ਨ ਆ? ਜਾਂ ਤਾਂ ਕੋਈ ਕਸ਼ਮੀਰ ਵਾਲਾ ਸਾਨੂੰ ਇੰਤਜ਼ਾਰ ਕਰਨਾ ਪਏਗਾ ਕਿ ਉਹ ਵੱਖਰੇ ਤੌਰ 'ਤੇ ਕਰਵਾਉਂਦੇ ਆ, ਜੀ ਤਾਂ ਉਸ ਵੇਲੇ ਸ਼ਾਇਦ ਇਹਨਾਂ ਜ਼ਿਮਨੀ ਚੋਣਾਂ ਨੂੰ ਕਰਵਾਇਆ ਜਾਵੇ। ਸੋ 6 ਮਹੀਨਿਆਂ ਦੇ ਦੌਰਾਨ ਇਹ ਜ਼ਿਮਨੀ ਚੋਣਾਂ ਜਿਹੜੀਆਂ ਹੁੰਦੀਆਂ ਉਹਨਾਂ ਦਾ ਕੰਮ ਨਿਬੇੜਨਾ ਹੁੰਦਾ ਇਹਨਾਂ ਨੇ, ਪਰ 4 ਹੁੰਦੀਆਂ ਕਿ 5 ਹੁੰਦੀਆਂ ਇਹਦਾ ਜਵਾਬ ਫਿਲਹਾਲ ਮੈਨੂੰ ਲੱਗਦਾ ਕਿ 4 ਹੀ ਲੱਗਦਾ, ਮੋਸਟ ਪ੍ਰੋਬਬਲੀ ਤਾਂ 4 ਹੀ ਹੋਣਗੀਆਂ। ਜੀ ਕਿਉਂ? ਕਿਉਂਕਿ ਦੇਖੋ 4 ਵਿਧਾਨਕਾਰ ਜਿਹੜੇ ਆ ਉਹ ਚਲੇ ਗਏ, ਸੰਸਦ ਮੈਂਬਰ ਬਣ ਗਏ ਜੀ, ਤਾਂ ਉਹਨਾਂ ਦੀਆਂ ਜਿਹੜੀਆਂ ਸੀਟਾਂ ਖਾਲੀ ਹੋਈਆਂ ਉਹਨਾਂ 'ਤੇ ਇਲੈਕਸ਼ਨ ਤਾਂ ਹੋਣਾ ਹੀ ਹੋਣਾ, ਉਹ ਤੈਅ ਆ ਜੀ। ਪਰ ਜਿਹੜਾ 5ਵਾਂ ਮਾਮਲਾ ਹੈ, ਡਾਕਟਰ ਸੁਖੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ 'ਚ ਰਲਾ ਲਿਆ ਜੀ ਜੀ, ਉਹਨਾਂ ਦਾ ਹੁਣ ਤੱਕ ਨਾ ਤਾਂ ਅਸਤੀਫਾ ਆਇਆ ਅਤੇ ਨਾ ਹੀ ਸਪੀਕਰ ਨੇ ਮੈਂਬਰਸ਼ਿਪ ਰੱਦ ਕੀਤੀ ਹੈ। ਹੁਣ ਸਪੀਕਰ ਜਿਹੜਾ ਹੁੰਦਾ ਉਹ ਸੱਤਾਧਾਰੀ ਧਿਰ ਨਾਲ ਸੰਬੰਧਿਤ ਹੁੰਦਾ ਹੈ ਜੀ, ਬਿਲਕੁਲ। ਅਸੀਂ ਇੱਥੇ ਦਲ ਬਦਲੀ ਐਸੀ ਵੀ ਵੇਖੀ ਹੈ ਕਿ ਸੰਧੂਆ ਸਾਹਿਬ ਜਦੋਂ ਕਾਂਗਰਸ ਜੁਆਇਨ ਕਰ ਰਹੇ ਸੀਗੇ ਤਾਂ ਉਸ ਵੇਲੇ ਸਪੀਕਰ ਸਾਹਿਬ ਵੀ ਉੱਥੇ ਬੈਠੇ ਸਨ ਸ਼ਾਇਦ, ਤਾਂ ਤਦ ਵੀ ਸੰਧੂਆ ਸਾਹਿਬ ਦੀ ਜਿਹੜੀ ਮੈਂਬਰਸ਼ਿਪ ਸੀਗੀ ਉਹ ਬਚੀ ਰਹੀ ਸੀਗੀ ਜੀ। ਬਥੇਰੇ ਇਹੋ ਜਿਹੇ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਮਹੀਨਿਆਂ ਬੱਧੀ, ਇਨਫੈਕਟ ਇੰਡੀਆ 'ਚ ਤਾਂ ਇਸ ਤਰ੍ਹਾਂ ਦਾ ਇੱਕ ਕਹਿ ਲਓ ਕਿ ਖਸਤਾ ਜਿਹਾ ਸਿਸਟਮ ਬਣ ਗਿਆ ਸਪੀਕਰਾਂ ਦੇ ਕੋਲ, ਕਿਉਂਕਿ ਇਸ ਮਾਮਲੇ ਦੇ ਵਿੱਚ ਖੁਦ ਮੁਖਤਿਆਰੀ ਆ ਜੀ, ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਮਾਮਲਾ ਨਿਬੇੜਨਾ ਹੁੰਦਾ ਹੈ, ਤਾਂ ਕਈ ਵਾਰ ਉਹ ਸਾਲ ਸਾਲ ਦੋ ਦੋ ਸਾਲ ਵੀ ਕੱਢ ਦਿੰਦੇ ਆ। ਜਦੋਂ ਹੁੱਡਾ ਮੁੱਖ ਮੰਤਰੀ ਸੀ ਇਹਨਾਂ ਨੇ ਵੀ 3 ਕਿ 4 MLA ਜਿਹੜੇ ਆ ਪੱਟੇ ਸੀਗੇ, ਅਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹਦਾ ਫੈਸਲਾ ਕਈ ਸਾਲ ਹੋਇਆ ਹੀ ਨਹੀਂ ਸੀਗਾ। ਸੁਖਪਾਲ ਸਿੰਘ ਖਹਿਰਾ ਦਾ ਫੈਸਲਾ ਤੁਸੀਂ ਦੇਖਿਆ ਹੋਣਾ ਜੀ, ਹੋਇਆ ਹੀ ਨਹੀਂ ਸੀਗਾ। ਇਸ ਦਰਮਿਆਨ ਫੂਲਕਾ ਸਾਹਿਬ ਦਾ ਅਸਤੀਫਾ ਵੀ ਲਟਕਿਆ ਰਿਹਾ ਸੀਗਾ ਜੀ, ਜਿਹੜੇ ਮਾਸਟਰ ਸੀਗੇ ਜੈਤੋਂ ਵਾਲੇ ਉਹਨਾਂ ਦਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਹਾਲ ਸੀਗਾ। ਤਾਂ ਗੱਲ ਇਹ ਆ ਕਿ ਹੁਣ ਚਲੋ ਪੰਜਾਬ ਵਿਧਾਨ ਸਭਾ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਥੋੜ੍ਹੀਆਂ ਨੋਟੀਫਾਈਡ ਕਰ ਦਿੱਤੀਆਂ, ਜਿਹੜੀਆਂ ਕਿ ਅੱਗੇ ਹੋਣੀਆਂ ਬਾਕੀ ਸੀ ਜੋ ਸੁਖਪਾਲ ਸਿੰਘ ਖਹਿਰਾ ਨੇ ਫੜ ਲਈਆਂ ਸੀ ਜੀ, ਕਿਉਂਕਿ ਜਿਹੜਾ ਦਲ ਬਦਲੀ ਕਾਨੂੰਨ ਆ 1985 ਵਾਲਾ ਉਹ ਇਹਨਾਂ ਨੇ ਨੋਟੀਫਾਈਡ ਨਹੀਂ ਸੀ ਕੀਤਾ, ਉਹਦੇ ਨਿਯਮਾਂ ਨੂੰ ਨੋਟੀਫਾਈਡ ਨਹੀਂ ਸੀ ਕੀਤਾ, ਸੋ ਜਿਸ ਕਰਕੇ ਪ੍ਰੋਬਲਮ ਆ ਰਹੀ ਸੀਗੀ। ਤਾਂ ਹੁਣ ਸਪੀਕਰ ਸਾਹਿਬ ਦੀ ਮਰਜ਼ੀ ਆ ਕਿ ਉਹ ਕਦੋਂ ਮੈਂਬਰਸ਼ਿਪ 'ਤੇ ਫੈਸਲਾ ਲੈਂਦੇ ਆ, ਕਿਉਂਕਿ ਲਾਗੂ ਤਾਂ ਹੋ ਰਿਹਾ ਨਾ ਐਂਟੀ ਡਿਫੈਕਸ਼ਨ ਲਾਅ, ਤਾਂ ਲਾਗੂ ਹੋ ਰਿਹਾ ਡਾਕਟਰ ਸਾਹਿਬ 'ਤੇ, ਬਿਲਕੁਲ। ਕਿਉਂ? ਕਿਉਂਕਿ ਦੇਖੋ ਪਹਿਲਾਂ 1/3 ਸੀ, ਸ਼ਾਇਦ ਮੈਨੂੰ ਵੀ ਭੁਲੇਖਾ ਪੈ ਗਿਆ, ਮੈਨੂੰ ਐ ਸੀ ਕਿ 1/3 ਚਾਹੀਦਾ ਦਲ ਬਦਲੀ ਵਾਸਤੇ। 1/3 ਤੋਂ ਭਾਵ ਕੀ ਆ ਕਿ ਕਿਸੇ ਦਲ ਦੇ 3 ਮੈਂਬਰ ਆ,
ਤੇ ਜੇ ਉਹ ਦਲ ਬਦਲੀ ਕਾਨੂੰਨ ਤੋਂ ਬਚਣਾ ਤਾਂ ਘੱਟੋ ਘੱਟ ਇੱਕ ਚਲਾ ਜਾਵੇ ਜੀ। ਵੈਸੇ ਹੁਣ ਇੱਕ ਤੋਂ ਘੱਟ ਜਾਣਾ ਵੀ ਕੀ ਆ, ਤਾਂ ਯਾਨੀ ਉਹਦੇ ਤੇ ਦਲ ਬਦਲੀ ਲਾਗੂ ਨਹੀਂ ਹੋਏਗੀ। ਪਰ ਬਾਅਦ 'ਚ ਜਾ ਕੇ ਮੈਂ ਵੀ ਚੈੱਕ ਕੀਤਾ ਤਾਂ ਇਹਨਾਂ ਨੇ ਇੱਕ ਸੋਧ ਲੈ ਆਉਂਦੀ ਸੀ ਉਹਦੇ ਵਿੱਚ ਜੀ। ਉਹ ਅਮੈਂਡਮੈਂਟ ਕੀ ਕਹਿੰਦੀ ਸੀ ਕਿ 2/3 ਮਿਨੀਮਮ ਚਾਹੀਦੇ ਆ ਤੁਹਾਨੂੰ, ਯਾਨੀ ਜੇ 3 ਨੇ ਤਾਂ 3 ਚੋਂ 2 ਜਾਣੇ ਚਾਹੀਦੇ ਆ। ਅੱਛਾ, ਫਿਰ ਦਲ ਬਦਲੀ ਕਾਨੂੰਨ ਡਾਕਟਰ ਸਾਹਿਬ 'ਤੇ ਲਾਗੂ ਨਹੀਂ ਹੁੰਦਾ ਜੀ, ਪਰ ਇੱਥੇ ਇੱਕ ਗਿਆ ਹੈ। ਤਾਂ ਇਹਦਾ ਮਤਲਬ ਕਿ ਦਲ ਬਦਲੀ ਕਾਨੂੰਨ ਤਾਂ ਲਾਗੂ ਹੁੰਦਾ, ਪਰ ਉਹ ਲਾਗੂ ਜਿਹਨਾਂ ਨੇ ਕਰਨਾ ਹੈ ਤਾਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸਪੀਕਰ ਸਾਹਿਬ ਜਿਹੜੇ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਫੈਸਲਾ ਲੈਣਾ। ਇਹ ਤਾਂ ਅਦਾਲਤਾਂ ਦੇ ਵਿੱਚ ਵੀ ਮਾਮਲੇ ਗਏ ਨੇ ਬੜੀ ਵਾਰੀ, ਕੋਰਟਾਂ ਡਾਇਰੈਕਸ਼ਨ ਦਿੰਦੀਆਂ ਨੇ ਕਿ ਭਾਈ ਫੈਸਲਾ ਲਵੋ, ਤਾਂ ਇਹ ਤਾਂ ਆਪਣੇ ਵਿਵੇਕ 'ਤੇ ਆ ਇਹਨਾਂ 'ਤੇ ਕਿ ਕਦੋਂ ਫੈਸਲਾ ਲੈਂਦੇ। ਸੋ ਮੋਸਟ ਪ੍ਰੋਬਲੀ ਮੈਨੂੰ ਲੱਗਦਾ ਕਿ 4 ਜ਼ਿਮਨੀ ਚੋਣਾਂ ਸਾਨੂੰ ਵੇਖਣ ਨੂੰ ਮਿਲਣਗੀਆਂ ਜੇ ਅੱਜ ਡਿਕਲੇਅਰ ਕਰਦੇ ਤਾਂ ਜੀ। ਬਲਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ 'ਚ 18 ਸਤੰਬਰ ਨੂੰ ਚੋਣਾਂ ਨੇ ਅਤੇ 4 ਅਕਤੂਬਰ ਨੂੰ ਗਿਣਤੀ ਹੋਣੀ ਹੈ। ਰਣਜੀਤ ਜੀ ਦੱਸ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ 3 ਚਰਨਾਂ ਦੇ ਵਿੱਚ ਚੋਣਾਂ ਹੋਣੀਆਂ ਨੇ। ਹਾਂਜੀ, 3 ਗੇੜ ਕਹਿ ਲਿਆ ਕਰੋ ਪੰਜਾਬੀ 'ਚ, ਗੇੜ ਹੀ ਜੀ। ਹਾਂਜੀ, ਬਾਕੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਥੋੜ੍ਹਾ ਜਿਹਾ ਵੇਟ ਕਰਦੇ ਹਾਂ। ਨਹੀਂ ਨਹੀਂ, ਉਹੀ ਹੈ ਜੇ ਮੰਨ ਲਓ ਜਿੰਨੀਆਂ ਵੀ ਦੇਖੋ ਹਜ਼ੂਰ, ਜਿਹੜੀ ਗਿਣਤੀ ਹੁੰਦੀ ਹੈ ਨਾ ਉਹ ਇੱਕੋ ਦਿਨ ਹੋਣੀ ਹੈ ਜੀ, ਇੱਕੋ ਰੋਜ਼ ਹੁੰਦੀ ਆ। ਅਤੇ ਜਿਹੜੇ ਇਲੈਕਸ਼ਨ ਆ ਉਹ ਵੀ ਮੈਨੂੰ ਲੱਗਦਾ ਕਿਉਂਕਿ 3 ਸਟੇਟਾਂ ਜਿਹੜੀਆਂ ਨੇ, ਝਾਰਖੰਡ ਹੈ, ਜੰਮੂ ਕਸ਼ਮੀਰ ਹੈ ਅਤੇ ਹਰਿਆਣਾ, ਇਹ ਕੋਈ ਬਹੁਤੀਆਂ ਵੱਡੀਆਂ ਨਹੀਂ ਹੈ ਜੀ। ਪ੍ਰੋਬਲਮ ਆਉਂਦੀ ਹੈ ਮਹਾਰਾਸ਼ਟਰ ਦੀ, ਮਹਾਰਾਸ਼ਟਰ ਸਟੇਟ ਖਾਸਾ ਵੱਡਾ ਹੈ, ਤਾਂ ਉੱਥੇ ਥੋੜ੍ਹਾ ਜਿਹਾ ਹੋ ਸਕਦਾ ਕਿ ਗੇੜ ਵੱਧ ਹੋਣ। ਅਦਰਵਾਈਜ਼ ਇਹ 3 ਸਟੇਟਾਂ ਤਾਂ ਇਸ ਤਰ੍ਹਾਂ ਦੀਆਂ ਹੈ ਕਿ ਸ਼ਾਇਦ ਮੇਰਾ ਮੰਨਣਾ ਕਿ ਇੱਕ ਫੇਜ਼ ਦੇ ਵਿੱਚ ਹੀ ਨਿਬੇੜਾ ਹੋ ਜਾਵੇ, ਬਾਕੀ ਅਪਡੇਸ਼ਨ ਜਿਹੜੀ ਉਹ ਤੁਸੀਂ ਵੀ ਹਾਸਲ ਕਰੋ, ਮੈਂ ਵੀ ਕਰਦਾ ਜੀ। ਜੀ, ਬਿੱਕਰ ਜੀ ਕਹਿ ਰਹੇ ਨੇ ਕਿ ਜੈਤੋ ਵਾਲੇ ਮਾਸਟਰ ਨੂੰ ਤਾਂ ਪੈਨਸ਼ਨ ਵੀ ਨਹੀਂ ਮਿਲਦੀ ਕਿਉਂਕਿ ਉਹਨਾਂ ਦੀ ਮੈਂਬਰਸ਼ਿਪ ਹੀ ਰੱਦ ਹੋ ਗਈ ਸੀ। ਹਾਂਜੀ, ਉਹ ਬਾਅਦ 'ਚ ਫੈਸਲਾ ਲਿਆ ਨਾ, ਕਈ ਮਹੀਨੇ ਉਹ ਫੈਸਲਾ ਜਿਹੜਾ ਉਹ ਟਲਿਆ ਰਿਹਾ ਜੀ। ਜੀ ਦੋਸਤੋ, ਜਿਹੜੇ ਜੁੜ ਗਏ ਨੇ ਨਾਲ ਉਹਨਾਂ ਦਾ ਸ਼ੁਕਰੀਆ ਫਿਰ ਤੋਂ ਦੁਬਾਰਾ ਤੋਂ। ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ, ਬਾਕੀ ਦੋਸਤ ਜਿਹੜੇ ਰਹਿ ਗਏ ਨੇ ਜੁੜ ਜਾਣ, ਗੱਲਬਾਤ ਆਪਾਂ ਅੱਗੇ ਨੂੰ ਤੋਰਦੇ ਹਾਂ। ਮਿੰਟੋ ਜੀ, ਚੋਣਾਂ ਦਾ ਤਾਂ ਚਲੋ ਤਰੀਕ ਅਨਾਊਂਸ ਹੋ ਹੀ ਜਾਣੀ ਆ ਕਿਉਂਕਿ ਚੱਲ ਰਹੀ ਹੈ ਅਤੇ ਆ ਜਾਣਿਆ ਹੁਣੇ ਹੀ। ਨਾਲ ਨਾਲ ਇਹ ਹੈ ਕਿ ਜਦੋਂ ਚੋਣਾਂ ਹੋਣੀਆਂ ਨੇ ਤਾਂ ਅਹਿਮ ਰੋਲ ਪਾਰਟੀਆਂ ਦਾ, ਮਾਨ ਸਾਹਿਬ ਦਾ, ਪਰ ਮਾਨ ਸਾਹਿਬ ਜਿਵੇਂ ਦੇ ਹਾਲਾਤ ਉਹਨਾਂ ਨੇ ਬਣਾਏ, ਇੱਕ ਕੈਬਨ ਦੇ ਵਿੱਚ ਉਹਨਾਂ ਨੇ ਸਪੀਕਰ ਸਪੀਚ ਦਿੱਤੀ ਆਪਣੀ, ਉਹਨੂੰ ਵੇਖ ਕੇ ਕੁਛ ਡਰ ਜੇ ਵੀ ਹੋ ਰਹੇ ਨੇ ਕਿ ਭਾਈ ਸੁਰੱਖਿਆ ਦਾ ਹਾਲ ਇੰਨਾ ਮਾੜਾ, ਅਤੇ ਜੇ CM ਸਾਹਿਬ ਨੂੰ ਇੰਨੇ ਖਤਰੇ ਆ ਤਾਂ ਫਿਰ ਬਾਈ ਬਾਕੀਆਂ ਦਾ ਕੀ ਬਣਨਾ। ਵੇਖੋ, ਉਹ ਜਿਹੜਾ ਇਹਨਾਂ ਨੇ ਬਣਾਇਆ ਸੀਗਾ ਉਹ ਸ਼ੀਸ਼ੇ ਵਾਲਾ ਘੁਰਨਾ ਜਿਹਾ ਜੀ, ਉਹਦੇ 'ਤੇ ਕਾਫੀ ਅੱਜ ਟਿੱਪਣੀਆਂ ਆਈਆਂ ਨੇ। ਕੱਲ੍ਹ ਜਦੋਂ ਪ੍ਰੋਗਰਾਮ ਅਸੀਂ ਕਰ ਰਹੇ ਸੀਗੇ ਉਦੋਂ ਸ਼ਾਇਦ ਕਿਸੇ ਨੇ ਗੱਲ ਕਹੀ ਸੀਗੀ, ਕਿਉਂਕਿ ਅਸੀਂ ਬਚਦੇ ਹੁੰਦੇ ਹਾਂ ਕਿ ਕੋਈ ਐਸੀ ਵੈਸੀ ਗੱਲ ਬਿਨਾਂ ਪੁਸ਼ਟੀ ਤੋਂ ਅਸੀਂ ਨਾ ਕਹੀਏ ਕਿਉਂਕਿ ਸਾਨੂੰ ਫਿਰ ਗੱਲ ਦੇਣੀ ਆਉਂਦੀ ਆ ਜੀ। ਬਿਲਕੁਲ, ਤਾਂ ਹੁਣ ਜਦੋਂ ਉੱਥੇ ਖੂਬ ਤਨਜ਼ਾਂ ਕੱਸੀਆਂ ਜਾ ਰਹੀਆਂ, ਖੂਬ ਮਜ਼ੇ ਲੈ ਜਾ ਰਹੇ ਆ ਵਿਰੋਧੀਆਂ ਬੰਨੀਓ, ਸੁਖਪਾਲ ਸਿੰਘ ਖਹਿਰਾ ਨੇ ਤਾਂ ਉਹ ਵੀਡੀਓ ਵੀ ਸੁਣਾ ਦਿੱਤੀ ਕਿ ਹੁਣ ਮੁਰਗੀਖਾਨੇ ਖੋਲ੍ਹ ਲਓ। ਖਹਿਰਾ ਸਾਹਿਬ ਪੁੱਛ ਰਹੇ ਆ ਕਿ ਮਾਨ ਸਾਹਿਬ ਤੁਸੀਂ ਕਦੋਂ ਮੁਰਗੀਖਾਨਾ ਖੋਲ੍ਹਣਾ, ਕਿਉਂਕਿ ਤੁਸੀਂ ਤਵਾ ਲਾਉਂਦੇ ਹੁੰਦੇ ਸੀਗੇ ਕਿ ਜੇ ਤੁਹਾਨੂੰ ਲੋਕਾਂ ਤੋਂ ਇੰਨਾ ਡਰ ਲੱਗਦਾ ਹੈ, ਲੋਕਾਂ ਤੋਂ ਤੁਸੀਂ ਇੰਨਾ ਤ੍ਰਭਕ ਦੇ ਜੇ ਜੀ, ਅਤੇ ਫਿਰ ਤੁਸੀਂ ਘਰੇ ਬਹਿ ਜਾਓ, ਮੁਰਗੀਖਾਨਾ ਖੋਲ੍ਹੋ, ਲੀਡਰੀ ਜ਼ਰੂਰ ਕਰਨੀ ਆ। ਬਿਲਕੁਲ, ਅਤੇ ਹੁਣ ਦੇਖੋ ਉਹੀ ਸਵਾਲ ਤੁਹਾਡੇ 'ਤੇ ਵੀ ਲਾਗੂ ਹੋਣਗੇ। ਪਰ ਮਸਲਾ ਇਹ ਆ ਕਿ ਸਿਕਿਉਰਿਟੀ ਸਿਕਿਉਰਿਟੀ ਆ ਜੀ, ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ, ਇਸ ਗੱਲ ਦੇ ਨਾਲ ਤਾਂ ਤੁਹਾਨੂੰ ਸਹਿਮਤ ਹੋਣਾ ਪਊਗਾ ਜਿਹੜਾ ਵੀ ਸੂਬੇ ਦਾ ਚੀਫ ਮਿਨਿਸਟਰ ਆ ਜੀ। ਪਰ ਉਹ ਗੱਲ ਫਿਰ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਲਾਗੂ ਹੁੰਦੀ ਆ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਲਾਗੂ ਹੁੰਦੀ ਹੈ, ਜਾਂ ਜਿਹੜਾ ਵੀ ਗਾਂਹ ਚੀਫ ਮਿਨਿਸਟਰ ਆਊਗਾ ਸਾਰਿਆਂ 'ਤੇ ਲਾਗੂ ਹੁੰਦੀ ਆ। ਇਹ ਤੁਹਾਨੂੰ ਉਦੋਂ
ਇਹ ਜੀਭ ਵਾਹੁਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਕਿ ਕੱਲ੍ਹ ਨੂੰ ਮੈਨੂੰ ਵੀ ਗੱਲਾਂ ਦੇਣੀਆਂ ਆਉਣੀਆਂ ਨੇ। ਬਿਲਕੁਲ, ਵੇਖੋ ਇਹ ਤਾਂ ਆਪਾਂ ਨੂੰ ਸਾਫ਼ ਆ, ਪਤਾ ਆ ਕਿ ਭਗਵੰਤ ਮਾਨ ਅੰਡਰ ਥ੍ਰੈਟ ਨੇ ਜੀ,